ਬਟ ਕੀ ਇਹਦੇ ਨਾਲ ਜੌਬਸ ਤੇ ਖਤਰਾ ਨਹੀਂ ਹੈ ਜਿਹੜੇ ਆਪਾਂ ਏਆਈ ਸਿਸਟਮਸ ਡਿਵੈਲਪ ਹੋ ਰਹੇ ਆਟੋਮੈਟਿਕ ਜੇ ਆਪਾਂ ਸਿਸਟਮਸ ਦੀ ਗੱਲ ਕਰੀਏ ਇੰਡਸਟਰੀ ਚ ਮੈਨੂਫੈਕਚਰਿੰਗ ਚ ਗੱਲ ਕਰੀਏ ਉੱਥੇ ਵੀ ਬਹੁਤ ਹਿਊਮਨਸ ਦੀ ਦੇ ਆਰ ਰਿਪਲੇਸਿੰਗ ਆਬਵੀਅਸਲੀ ਦੇ ਆਰ ਰਿਪਲੇਸਿੰਗ ਹਿਊਮਨਸ ਬਟ ਆਲ ਟੁਗੇਦਰ ਤਾਂ ਜਿਹੜੀਆਂ ਕੰਪਨੀਜ਼ ਨੇ ਉਹਨਾਂ ਨੂੰ ਆਬਵੀਅਸਲੀ ਆਪਣੇ ਇੰਪਲੋਈਜ਼ ਨੂੰ ਅਪ ਟੂ ਡੇਟ ਰੱਖਣਾ ਪਏਗਾ ਅਕੋਰਡਿੰਗ ਟੂ ਕਿਵੇਂ ਟੈਕਨੋਲੋਜੀ ਡਿਵੈਲਪ ਹੋ ਰਹੀ ਹੈ ਸਕਿੱਲ ਉਹ ਵਾਲੀ ਪ੍ਰੋਵਾਈਡ ਕਰਨੀ ਪਊਗੀ ਤਾਂ ਕਿ ਉਹ ਉਸ ਸਿਸਟਮਸ ਨੂੰ ਜਿਹੜੇ ਸਿਸਟਮਸ ਨਵੇਂ ਡਿਵੈਲਪ ਹੋ ਰਹੇ ਆ ਉਹਨਾਂ ਨੂੰ ਯੂਜ਼ ਕਰਨਾ ਸਿੱਖ ਸਕਣ ਕੰਪਨੀਜ਼ ਕਿਤੇ ਨਾ ਕਿਤੇ ਸੋਚਦੀ ਹੈ ਕਿ ਅਸੀਂ ਸੇਮ ਪੁਰਾਣੇ ਬੰਦੇ ਨੂੰ ਇੱਕ ਨਵੀਂ ਸਕਿੱਲ ਸਿਖਾਉਣ ਨਾਲੋਂ ਬੈਟਰ ਹੈ ਕਿ ਅਸੀਂ ਉਨੀ ਕੁ ਘੱਟ ਸੈਲਰੀ ਦੇ ਉੱਤੇ ਅਸੀਂ ਇੱਕ ਨਵਾਂ ਬੰਦਾ ਰੱਖ ਲਈਏ ਜਿਹੜਾ ਉਹਨਾਂ ਕੰਮ ਕਰੇ ਬਿਲਕੁਲ ਤਾਂ ਮਤਲਬ ਖੁਦ ਬੰਦੇ ਨੂੰ ਆਪਣੀ ਜਿਹੜੀ ਆ ਉਹ ਲਰਨਿੰਗ ਨਾਲ ਰੱਖਣੀ ਪਏਗੀ ਨਾ ਡੇਟ ਰਹਿਣਾ ਪਏਗਾ ਬੰਦੇ ਨੂੰ ਆਪ ਹੀ ਕਿਉਂਕਿ ਦੇਖੋ ਚੈਟ ਜੀਪੀਟੀ ਜਿਹਨੇ ਬਣਾਇਆ ਪਿੱਛੇ ਕਿੰਨੇ ਐਲਗੋਰਿਥਮਸ ਲੱਗੇ ਉਹ ਵੀ ਤਾਂ ਹਿਊਮਨਸ ਨੇ ਹੀ ਡਿਵੈਲਪ ਕੀਤਾ ਚੈਟ ਜੀਪੀਟੀ ਵੀ ਉਹਦੇ ਅਲੱਗ ਅਲੱਗ ਵਰਜ਼ਨਸ ਆ ਰਹੇ ਹੈ ਉਹ ਅਪਡੇਟ ਕੌਣ ਕਰ ਰਿਹਾ ਹਿਊਮਨ ਹੀ ਅਪਡੇਟ ਕਰ ਰਹੇ ਹੈ ਉਹਨੂੰ ਤਾਂ ਓਬਵੀਅਸਲੀ ਲੇਬਰ ਤਾਂ ਵੱਧ ਹੀ ਰਹੀ ਹੈ ਜਿਵੇਂ ਕਿ ਮੈਮ ਨੇ ਦੱਸਿਆ ਬਟ ਸਕਿੱਲਡ ਲੇਬਰ ਵੱਧ ਰਹੀ ਹੈ ਜੇ ਆਪਾਂ ਕਹਿ ਰਹੇ ਹਾਂ ਕਿ ਇਹ ਆਪਣੀਆਂ ਜੋਬਸ ਲੈ ਰਹੇ ਹੈ ਬਟ ਇਹ ਵੀ ਦੇਖੋ ਤੁਸੀਂ ਕੋਈ ਐਸੇ ਲਿਖਣ ਲਈ ਆਪਾਂ ਨੂੰ ਕਿੰਨਾ ਜ਼ਿਆਦਾ ਟਾਈਮ ਲੱਗ ਜਾਂਦਾ ਸੀ ਹੁਣ ਆਪਾਂ ਸਿਰਫ ਚੈਟ ਜੀਪੀਟੀ ਦੇ ਥਰੂ ਈਜ਼ੀਲੀ ਐਸੇ ਲਿਖ ਸਕਦੇ ਹਾਂ ਠੀਕ ਹੈ ਇੱਕ ਜਰਨਲ ਲਿਖ ਸਕਦੇ ਹਾਂ ਆਰਟੀਕਲਸ ਲਿਖ ਸਕਦੇ ਹਾਂ ਤਾਂ ਆਪਣਾ ਕੰਮ ਈਜ਼ੀ ਵੀ ਤਾਂ ਹੋ ਰਿਹਾ ਨਾ ਤੁਸੀਂ ਉਹੀ ਕੰਮ ਉਹੀ ਟਾਈਮ ਆਪਣਾ ਯੂਜ਼ ਕਰ ਸਕਦੇ ਹੋ ਕਿ ਕੁਛ ਹੋਰ ਕ੍ਰੀਏਟਿਵ ਕਰਨ ਲਈ ਰਾਦਰ ਦੈਨ ਉਹੀ ਰੈਪੀਟੇਟਿਵ ਟਾਸਕ ਕਰਦੇ ਰਹੋ ਤੁਸੀਂ ਕੁਛ ਹੋਰ ਕ੍ਰੀਏਟਿਵ ਕਰੋ ਉਹਦੇ ਬਦਲੇ ਤਾਂ ਜੇ ਆਪਾਂ ਸਮਝੀਏ ਤਾਂ ਇਹਦਾ ਬਹੁਤ ਫਾਇਦਾ ਹੈ ਅਸੀਂ ਗੱਲ ਕਰ ਰਹੇ ਹਾਂ ਏਆਈ ਦੀ ਬਟ ਇਹਦੀ ਲੋੜ ਕਿਉਂ ਪਈ ਏਆਈ ਐਕਚੁਅਲੀ ਦੇ ਵਿੱਚ ਅਸੀਂ ਉਹਨੇ ਗੱਲ ਕੀਤੀ ਹੈ ਕਿ ਇੰਨਾ ਜ਼ਿਆਦਾ ਐਡਵਾਂਸ ਸਿਸਟਮ ਹੈ ਤਾਂ ਇਹਦੀ ਲੋੜ ਕਿਉਂ ਪਈ ਸਾਨੂੰ ਇਹ ਲਿਆਉਣ ਦੀ ਹਿਊਮਨ ਟਾਸਕਸ ਨੂੰ ਈਜ਼ੀ ਕਰਨ ਲਈ ਆਪਾਂ ਕਹਿ ਸਕਦੇ ਹਾਂ ਜੇ ਆਪਾਂ ਬਿਲਕੁਲ ਬੇਸਿਕ ਤੋਂ ਸ਼ੁਰੂ ਕਰੀਏ ਪਹਿਲਾਂ ਹਿਊਮਨਸ ਆਪ ਸਮਾਨ ਢੋਂਦੇ ਸੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਵੀਲਸ ਇਨਵੈਂਟ ਹੋਏ ਫਿਰ ਉਹਨਾਂ ਨੇ ਐਨੀਮਲਸ ਯੂਜ਼ ਕਰਨੇ ਸ਼ੁਰੂ ਕਰਤੇ ਟੂ ਮੂਵ ਥਿੰਗਸ ਫਰੋਮ ਵਨ ਪਲੇਸ ਟੂ ਅਨਦਰ ਵੀਲਸ ਡਿਵੈਲਪ ਹੋਏ ਰਾਈਟ ਫਿਰ ਉਹ ਸਿਸਟਮਸ ਨੂੰ ਪੁੱਲ ਕਰਨਾ ਸ਼ੁਰੂ ਕਰਤਾ ਓਬਵੀਅਸਲੀ ਹਿਊਮਨਸ ਨੇ ਆਪਣੇ ਟਾਸਕਸ ਨੂੰ ਈਜ਼ੀ ਕਰਨ ਲਈ ਠੀਕ ਹੈ ਮਸ਼ੀਨਸ ਨੂੰ ਯੂਜ਼ ਕਰਨ ਲਈ ਫੋਰ ਹੈਲਪਿੰਗ ਦੈਮ ਟੂ ਮੇਕ ਦ ਡਿਸੀਜਨਸ ਆਟੋਮੇਟ ਕਰਨ ਲਈ ਸਿਸਟਮਸ ਨੂੰ ਇਹ ਮਤਲਬ ਅੱਜ ਤੋਂ ਨਹੀਂ ਸਟਾਰਟ ਹੋਇਆ ਏ ਆਈ ਦੀ ਡਿਵੈਲਪਮੈਂਟ ਇਹ ਹੋ ਰਹੀ ਹੈ 1940s ਤੋਂ ਉਦੋਂ ਤੋਂ ਇੱਕ ਸੀਗੇ ਗੋਡਫਾਦਰ ਆਫ ਏ ਆਈ ਕਹਿੰਦੇ ਉਹਨਾਂ ਨੂੰ ਜੌਨ ਮਕਾਰਥੀ ਜਿਨ੍ਹਾਂ ਨੇ ਏ ਆਈ ਡਿਵੈਲਪ ਕੀਤੀ ਉਹਨਾਂ ਨੇ ਇੱਕ ਟੈਸਟ ਸ਼ੁਰੂ ਕੀਤਾ ਕਿ ਮੈਂ ਇੱਕ ਟਿਊਰਿੰਗ ਟੈਸਟ ਕਹਿੰਦੇ ਆ ਉਹਨੂੰ ਸਟਾਰਟ ਕੀਤਾ ਦੇਖਣ ਲਈ ਕਿ ਜਿਵੇਂ ਮੈਂ ਇੱਥੇ ਬੈਠੀ ਹਾਂ ਇੱਥੇ ਇੱਕ ਬੈਰੀਅਰ ਹੈ ਸਾਹਮਣੇ ਕੰਪਿਊਟਰ ਹੈ ਟਿਊਰਿੰਗ ਟੈਸਟ ਉਹ ਮਸ਼ੀਨ ਪਾਸ ਕਰੇਗੀ ਟਿਊਰਿੰਗ ਟੈਸਟ ਜਿਹੜੀ ਮਸ਼ੀਨ ਜਦੋਂ ਮੈਂ ਉਹਨੂੰ ਕੁਐਸਚਨ ਪੁੱਛ ਰਹੀ ਹਾਂ ਮਸ਼ੀਨ ਆਨਸਰ ਕਰ ਰਹੀ ਹੈ ਜੇ ਮੈਂ ਹਿਊਮਨ ਹਾਂ ਮੈਨੂੰ ਨਹੀਂ ਸਮਝ ਆ ਰਹੀ ਕਿ ਸਾਹਮਣੇ ਵਾਲਾ ਕੌਣ ਹੈ ਮਸ਼ੀਨ ਹੈ ਜਾਂ ਹਿਊਮਨ ਹੈ ਤਾਂ ਉਹ ਇਹਦਾ ਮਤਲਬ ਹੈ ਕਿ ਉਹਨੇ ਟਿਊਰਿੰਗ ਟੈਸਟ ਉਸ ਮਸ਼ੀਨ ਨੇ ਟਿਊਰਿੰਗ ਟੈਸਟ ਪਾਸ ਕਰ ਲਿਆ ਕਿਉਂਕਿ ਮੈਨੂੰ ਨਹੀਂ ਪਤਾ ਕਿ ਮੈਂ ਹਿਊਮਨ ਨਾਲ ਇੰਟਰੈਕਟ ਕਰ ਰਹੀ ਹਾਂ ਕਿ ਮੈਂ ਮਸ਼ੀਨ ਨਾਲ ਇੰਟਰੈਕਟ ਕਰ ਰਹੀ ਹਾਂ ਤਾਂ ਇਸ ਤਰ੍ਹਾਂ ਦੇ ਕੰਮ ਉਦੋਂ ਤੋਂ ਹੀ ਸਟਾਰਟ ਹੋ ਗਏ ਸੀ ਥਿਊਰੀ 'ਚ ਕਿ ਐਵੇਂ ਦੀਆਂ ਮਸ਼ੀਨਸ ਅੱਗੇ ਜਾ ਕੇ ਡਿਵੈਲਪ ਹੋਣਗੀਆਂ ਜਿਹਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗੇਗਾ ਕਿ ਆਪਾਂ ਹਿਊਮਨ ਨਾਲ ਇੰਟਰੈਕਟ ਕਰ ਰਹੇ ਹਾਂ ਕਿਉਂਕਿ ਮਸ਼ੀਨਸ ਵੀ ਜਿਵੇਂ ਮੈਮ ਨੇ ਦੱਸਿਆ ਕਿ ਹਿਊਮਨ ਦੀ ਤਰ੍ਹਾਂ ਹੀ ਬਿਹੇਵ ਕਰਦੀਆਂ ਹਿਊਮਨ ਦੀ ਤਰ੍ਹਾਂ ਹੀ ਥਿੰਕ ਕਰਦੀਆਂ ਹਿਊਮਨ ਦੀ ਤਰ੍ਹਾਂ ਹੀ ਰਿਐਕਟ ਕਰਦੀਆਂ ਆਪਾਂ ਉਹਨੇ ਗੱਲ ਕੀਤੀ ਕਿ ਮਸ਼ੀਨਸ ਜਿਹੜੀਆਂ ਨੇ ਉਹ ਡਿਵੈਲਪ ਹੋਈਆਂ ਹਿਊਮਨਸ ਦਾ ਕੰਮ ਸੌਖਾ ਕਰਨ ਵਾਸਤੇ ਬਟ ਕੀ ਇਹਦੇ ਨਾਲ ਜੌਬਸ ਤੇ ਖਤਰਾ ਨਹੀਂ ਹੈ ਓਬਵੀਅਸਲੀ ਕੁਛ ਇੰਪੈਕਟ ਪਏਗਾ ਅੱਜ ਕੱਲ੍ਹ ਬਹੁਤ ਫੇਮਸ ਹੈ ਚੈਟ ਜੀਪੀਟੀਜ਼ ਦੇ ਆਰ ਵੈਰੀ ਫੇਮਸ ਦੀਸ ਡੇਜ਼ ਸੋ ਚੈਟ ਜੀਪੀਟੀਜ਼ ਹਿਊਮਨਸ ਦੇ ਬਿਹਾਫ 'ਤੇ ਐਸੇਜ਼ ਲਿਖ ਰਹੇ ਹੈ ਆਰਟੀਕਲਸ ਲਿਖ ਰਹੇ ਹੈ ਬਹੁਤ ਸਾਰੀ ਫੋਟੋਜ਼ ਪੇਂਟਿੰਗਸ ਆਪਾਂ ਕਹਿ ਸਕਦੇ ਹਾਂ ਜਨਰੇਟ ਹੋ ਰਹੀ ਹੈ ਰਾਈਟ ਵੀਡੀਓਜ਼ ਬਣ ਰਹੀ ਹੈ ਈਵਨ ਵੋਇਸ ਨੂੰ ਇਮੀਟੇਟ ਕਰਕੇ ਵੋਇਸ ਤੁਸੀਂ ਕਹਿ ਰਹੇ ਹੋ ਕਲਿਪਸ ਬਣ ਰਹੀ ਹੈ ਵੀਡੀਓ ਕਲਿਪਸ ਬਣ ਰਹੀ ਹੈ ਠੀਕ ਹੈ ਫੋਟੋਜ਼ ਦੀ ਆਪਾਂ ਗੱਲ ਕਰੀਏ ਫੋਟੋਜ਼ ਦੀ ਐਡੀਟਿੰਗ ਹੋ ਰਹੀ ਹੈ ਇੱਕ ਓਬਜੈਕਟ ਨੂੰ ਜਾਂ ਇੱਕ ਪਰਸਨ ਨੂੰ ਰਿਮੂਵ ਕਰਕੇ ਆਪਾਂ ਡਿਫਰੈਂਟ ਪਰਸਨ ਜਾਂ ਡਿਫਰੈਂਟ ਓਬਜੈਕਟ ਇੰਕਲੂਡ ਕਰ ਸਕਦੇ ਹਾਂ ਪਿਕਚਰ 'ਚ ਆਲ ਟੁਗੈਦਰ ਉਹਨੂੰ ਆਪਾਂ ਡਿਫਰੈਂਟ ਆਪਾਂ ਸ਼ੇਪ ਦੇ ਸਕਦੇ ਹਾਂ ਰਾਈਟ ਬਹੁਤ ਜਗ੍ਹਾ 'ਤੇ ਉਹ ਹੈਲਪ ਕਰ ਰਹੀ ਹੈ ਹਿਊਮਨਸ ਦੀ ਉਹ ਜਗ੍ਹਾ ਲੈ ਰਹੀਆਂ ਨੇ ਜਿਹੜੇ ਆਪਾਂ ਏ ਆਈ ਸਿਸਟਮਸ ਡਿਵੈਲਪ ਹੋ ਰਹੇ ਆਟੋਮੈਟਿਕ ਜੇ ਆਪਾਂ ਸਿਸਟਮਸ ਦੀ ਗੱਲ ਕਰੀਏ ਇੰਡਸਟਰੀ 'ਚ ਮੈਨੂਫੈਕਚਰਿੰਗ 'ਚ ਗੱਲ ਕਰੀਏ ਉੱਥੇ ਵੀ ਬਹੁਤ ਹਿਊਮਨਸ ਦੀ ਦੇ ਆਰ ਰਿਪਲੇਸਿੰਗ ਓਬਵੀਅਸਲੀ ਦੇ ਆਰ ਰਿਪਲੇਸਿੰਗ ਹਿਊਮਨਸ ਬਟ ਆਲ ਟੁਗੈਦਰ ਕਿਤੇ ਨਾ ਕਿਤੇ ਨਿਊ ਜੋਬਸ ਵੀ ਪ੍ਰੋਵਾਈਡ ਹੋ ਰਹੀਆਂ ਪਰ ਜੇ ਆਪਾਂ ਨਿਊ ਜੋਬਸ ਦੀ ਗੱਲ ਕਰੀਏ ਉੱਥੇ ਸਕਿੱਲਡ ਲੇਬਰ ਦੀ ਜ਼ਰੂਰਤ ਹੈ ਲਾਈਕ ਵੀ ਹੈਵ ਡਿਸਕਸਡ ਅਰਲੀਅਰ ਆਲਸੋ ਕਿ ਜੇ ਆਰਟੀਫਿਸ਼ਲੀ ਇੰਟੈਲੀਜੈਂਟ ਸਿਸਟਮਸ ਵਰਕ ਕਰ ਰਹੇ ਹਾਂ ਉਹ ਅਸਿਸਟ ਕਰ ਰਹੇ ਹਾਂ ਬੇਸਿਕਲੀ ਹਿਊਮਨਸ ਨੂੰ ਹਜੇ ਤੱਕ ਵੀ ਆਰ ਨੋਟ ਲੈਟਿੰਗ ਦੈਮ ਯੂ ਨੋ ਕੰਟਰੋਲ ਦ ਥਿੰਗਸ
बहुत सारिया साइंस फिक्शनस भी तुसी आपा सब देख चुके हैं कि जिथे आर्टिफिशली इंटेलीजेंट सिस्टम्स या मशीनस ह्यूमन नू ओवर पावर कर जाती है, राइट। हले वो चीज़ नहीं हो रही है, वो सिर्फ ह्यूमनस नू असिस्ट कर रहे हैं। जिन्हें भी सिस्टम्स हुण तक बन रहे हैं वो बेसिकली दे आर असिस्टिंग द ह्यूमनस। तो अपा नू जे अपा असिस्ट की गल करिए तो ओबियसली ह्यूमन इंटरवेंशन भी कितने लोड़ है। तो जे एक तरह की लेबर रिमूव हो रही है तो एक नवी तरह की लेबरस लिए जॉब अपॉर्चुनिटीज़ भी मिल रही ने। पर ओबियसली जे आपां गल करिए कि एक बंदा सिर्फ ऐसे लिखना जानता सी उहदी जॉब चली गई है, ठीक है। जे दूजी तरह के किसी बंदे नूं जॉब मिल रही है जिहड़ा जिहड़ी अपने चैट जीपीटीज़ नूं आपां गल करिए मोनीटर कर रहे हैं तो उह स्किल्ड लेबरस ने। तो जिहड़ियां कंपनीज़ ने उन्हां नूं ओबियसली अपने इंपलॉइज़ नूं अप टू डेट रखना पएगा अकॉर्डिंग टू किवें टैक्नोलॉजी डिवेलप हो रही है। स्किल वो वाली प्रोवाइड करनी पवेगी ताकि वो उस सिस्टम्स नू जिहड़े सिस्टम्स नवे डिवेलप हो रहे हैं उन्होंने यूज़ करना सीख सके। कंपनीज कितने ना कि सोचती हैं कि असी सेम पुराने बंदे नू एक नवी स्किल सिखाने नालों बैटर है कि असी उन्नी क घट सैलरी देते असी एक नवा बंदा रख लिए जिहड़ा उन्ना काम करे। बिल्कुल तो मतलब खुद बंदे नू अपनी जिहड़ी है वो लर्निंग नाल नाल रखनी पएगी ना, अपडेट रहना पएगा बंदे नू आप ही, क्योंकि देखो चैट जीपीटी जिन्हें बनाया पिछे किन्ने एल्गोरिथम्स लगे वो भी तो आप ह्यूमन ने ही डेवलप किया। चैट जीपीटी भी वो अलग अलग वर्जनस आ रहे हैं, पहला 3.5 वर्जन आया, अजकल चैट जीपीटी 4 वर्जन यूज हो रहे हैं। वो अपडेट कौन कर रहे हैं? ह्यूमन ही अपडेट कर रहे हैं उन्हों। तो ओबियसली लेबर तो वध ही रही है जिमें कि मैम ने दसिया, बट स्किल्ड लेबर वध रही है। अपन हुण इस टाइम पर लोड़ है कि अपने आप नूं अप टू डेट रखिए ते अपने आप नूं होर ज़्यादा लर्निंग वधाइए। जे आपां कह रहे हैं कि ये अपने जॉब्स लै रहे हैं, बट ये भी देखो तुसी कोई ऐसे लिखन लई आपां नूं किन्ना ज़्यादा टाइम लग जांदा सी, हुण आपां सिर्फ चैट जीपीटी दे थ्रू ईजीली ऐसे लिख सकते हैं, ठीक है। एक जर्नल लिख सकते हैं, आर्टिकल्स लिख सकते हैं, तो अपना काम ईजी भी तो हो रहा है ना। तुसी उही काम उही टाइम अपना यूज़ कर सकते हो किस कुछ होर क्रिएटिव करन लई, रादर दैन उही रेपीटेटिव टास्क करते रहो, तुसी कुछ होर क्रिएटिव करो उहदे बदले। तो जे आपां समझिए तो इहदा बहुत फायदा है।